ਪ੍ਰਭੂ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਆਓ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ 'ਚੋਂ ਦੇਖਾਂਗੇ ਯਹੂੰਨਾ ਭਾਗ 18 ਪ੍ਰਭੂ ਦਾ ਫੜਵਾਇਆ ਜਾਣਾ। ਯੀਸ਼ੂ ਨੇ ਇਹ ਗੱਲਾਂ ਕਹਿ ਕੇ ਆਪਣੇ ਚੇਲਿਆਂ ਸਣੇ ਕਿ ਦਰੋਨ ਦੇ ਨਾਲੇ ਦੇ ਪਾਰ ਚੱਲਿਆ ਗਿਆ। ਉੱਥੇ ਇੱਕ ਬਾਗ ਸੀ ਜਿਹਦੇ ਵਿੱਚ ਉਹ ਅਤੇ ਉਹਦੇ ਚੇਲੇ ਜਾ ਵੜੇ, ਔਰ ਯਹੂਦਾ ਵੀ ਜਿਹੜਾ ਉਹਦਾ ਫੜਵਾਉਣ ਵਾਲਾ ਹੈ ਸੀ ਉਹ ਥਾਂ ਨੂੰ ਜਾਣਦਾ ਸੀ, ਕਿਉਂ ਜੋ ਯੀਸ਼ੂ ਆਪਣਿਆਂ ਚੇਲਿਆਂ ਨਾਲ ਉੱਥੇ ਬਹੁਤ ਵਾਰੀ ਜਾਂਦਾ ਹੁੰਦਾ ਸੀ। ਉਪਰੰਤ ਯਹੂਦਾ ਸਿਪਾਹੀਆਂ ਦਾ ਇੱਕ ਜਥਾ ਅਤੇ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਦੀ ਵੀ ਵੱਲੋਂ ਪਿਆਦੇ ਲੈ ਕੇ ਦੇਵਤਿਆਂ ਔਰ ਮਸਾਲਾਂ ਔਰ ਸ਼ਾਸਤਰਾਂ ਨਾਲ ਉੱਥੇ ਆਇਆ। ਤਾਂ ਯੀਸ਼ੂ ਸਭ ਕੁਝ ਜੋ ਉਹਦੇ ਉੱਤੇ ਬੀਤਣਾ ਸੀ ਜਾਣ ਕੇ ਬਾਹਰ ਨਿਕਲਿਆ ਅਤੇ ਉਹਨਾਂ ਨੂੰ ਆਖਿਆ, ਤੁਸੀਂ ਕਿਹਨੂੰ ਭਾਲਦੇ ਹੋ? ਉਹਨਾਂ ਉਸਨੂੰ ਉੱਤਰ ਦਿੱਤਾ, ਯੀਸ਼ੂ ਨਾਸਰੀ ਨੂੰ। ਯੀਸ਼ੂ ਨੇ ਉਹਨਾਂ ਨੂੰ ਆਖਿਆ, ਉਹ ਮੈਂ ਹੀ ਹਾਂ। ਅਤੇ ਉਹਦਾ ਫੜਵਾਉਣ ਵਾਲਾ ਯਹੂਦਾ ਵੀ ਉਹਨਾਂ ਦੇ ਨਾਲ ਖੜਾ ਸੀ। ਸੋ ਜਾਂ ਉਸਨੇ ਉਹਨਾਂ ਨੂੰ ਆਖਿਆ ਮੈਂ ਹੀ ਹਾਂ, ਤਾਂ ਉਹ ਪਿਛਾਂ ਨੂੰ ਹਟ ਗਏ ਅਤੇ ਪੁੰਜੇ ਡਿੱਗ ਪਏ। ਇਸ ਲਈ ਉਸਨੇ ਉਹਨਾਂ ਨੂੰ ਫਿਰ ਪੁੱਛਿਆ, ਤੁਸੀਂ ਕਿਹਨੂੰ ਭਾਲਦੇ ਹੋ? ਤਾਂ ਉਹ ਬੋਲੇ, ਯੀਸ਼ੂ ਨਾਸਰੀ ਨੂੰ। ਯੀਸ਼ੂ ਨੇ ਅੱਗੋਂ ਆਖਿਆ, ਮੈਂ ਤਾਂ ਤੁਹਾਨੂੰ ਦੱਸ ਦਿੱਤਾ ਜੋ ਮੈਂ ਹੀ ਹਾਂ, ਸੋ ਜੇ ਤੁਸੀਂ ਮੈਨੂੰ ਭਾਲਦੇ ਹੋ ਤਾਂ ਇਹਨਾਂ ਨੂੰ ਜਾਣ ਦਿਓ। ਇਹ ਇਸ ਕਰਕੇ ਹੋਇਆ ਭਾਈ ਉਹ ਵਚਨ ਜੋ ਉਸਨੇ ਕਿਹਾ ਸੀ ਪੂਰਾ ਹੋਏ ਕਿ ਜਿਹੜੀ ਤੈਂ ਮੈਨੂੰ ਦਿੱਤੇ ਹਨ ਉਹਨਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ। ਤਾਂ ਸਿਮਿਓਨ ਪਤਰਸ ਨੇ ਤਲਵਾਰ ਜੋ ਉਹਦੇ ਕੋਲ ਸੀ ਧੋਈ ਅਤੇ ਸਰਦਾਰ ਜਾਜਕਾਂ ਦੇ ਚਾਕਰਾਂ ਉੱਤੇ ਚਲਾਈ ਔਰ ਉਹਦਾ ਸੱਜਾ ਕੰਨ ਵੱਢ ਦਿੱਤਾ। ਉਸ ਚਾਕਰ ਦਾ ਨਾਂ ਸੀ ਮਲਖੁਸ। ਤਦ ਯੀਸ਼ੂ ਨੇ ਪਤਰਸ ਨੂੰ ਆਖਿਆ, ਤਲਵਾਰ ਮਿਆਨ ਚ ਕਰ, ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਕਿ ਮੈਂ ਉਹਨੂੰ ਨਾ ਪੀਵਾਂ? ਉਪਰੰਤ ਸਿਪਾਹੀਆਂ ਨੇ ਅਤੇ ਫੌਜ ਦੇ ਸਰਦਾਰਾਂ ਅਤੇ ਯਹੂਦੀਆਂ ਦੇ ਪਿਆਦਿਆਂ ਨੇ ਯੀਸ਼ੂ ਨੂੰ ਫੜ ਕੇ ਬੰਨ੍ਹ ਲਿਆ ਅਤੇ ਪਹਿਲਾਂ ਉਸ ਨੂੰ ਅਨਾਸ ਕੋਲ ਲੈ ਗਏ, ਕਿਉਂ ਜੋ ਉਹ ਕਯਾਫਾ ਦਾ ਸਹੁਰਾ ਸੀ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ, ਅਤੇ ਕਯਾਫਾ ਉਹ ਹੈ ਜਿਨ੍ਹਾਂ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਭਾਈ ਲੋਕਾਂ ਦੇ ਬਦਲੇ ਇੱਕ ਮਨੁੱਖ ਦਾ ਮਰਨਾ ਚੰਗਾ ਹੈ। ਸਿਮਿਓਨ ਪਤਰਸ ਯੀਸ਼ੂ ਦੇ ਮਗਰ ਹੋ ਤੁਰਿਆ, ਨਾਲੇ ਇੱਕ ਹੋਰ ਚੇਲਾ ਵੀ। ਉਹ ਚੇਲਾ ਸਰਦਾਰ ਜਾਜਕਾਂ ਦਾ ਜਾਣੂ ਪਛਾਣੂ ਸੀ ਅਤੇ ਯੀਸ਼ੂ ਦੇ ਨਾਲ ਸਰਦਾਰ ਜਾਜਕਾਂ ਦੇ ਵਿਹੜੇ ਵਿੱਚ ਗਿਆ, ਪਰ ਪਤਰਸ ਬਾਹਰ ਬੂਹੇ ਕੋਲ ਖੜੋਤਾ ਰਿਹਾ। ਫਿਰ ਉਹ ਦੂਜਾ ਚੇਲਾ ਜਿਹੜਾ ਸਰਦਾਰ ਜਾਜਕਾਂ ਦਾ ਜਾਣੂ ਪਛਾਣੂ ਸੀ ਬਾਹਰ ਨਿਕਲਿਆ ਅਤੇ ਦਰਬਾਨਣ ਨੂੰ ਕਹਿ ਕੇ ਪਤਰਸ ਨੂੰ ਅੰਦਰ ਲਿਆਇਆ। ਤਾਂ ਉਸ ਗੋਲੀ ਨੇ ਜੋ ਦਰਬਾਨਣ ਸੀ ਪਤਰਸ ਨੂੰ ਆਖਿਆ ਕਿ ਤੂੰ ਵੀ ਇਸ ਮਨੁੱਖ ਦੇ ਚੇਲਿਆਂ ਵਿੱਚੋਂ ਹੈ? ਉਹ ਬੋਲਿਆ, ਮੈਂ ਨਹੀਂ ਹਾਂ। ਅਤੇ ਚਾਕਰ ਔਰ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜੇ ਸੇਕ ਰਹੇ ਸਨ, ਕਿਉਂ ਜੋ ਪਾਲਾ ਪੈਂਦਾ ਸੀ ਅਤੇ ਪਤਰਸ ਵੀ ਉਹਨਾਂ ਦੇ ਨਾਲ ਖੜਾ ਸੇਕ ਰਿਹਾ ਸੀ। ਉਪਰੰਤ ਸਰਦਾਰ ਜਾਜਕਾਂ ਨੇ ਯੀਸ਼ੂ ਤੋਂ ਉਹਦੇ ਚੇਲਿਆਂ ਅਤੇ ਉਹਦੀ ਸਿੱਖਿਆ ਦੇ ਵਿਖੇ ਪੁੱਛਿਆ।
ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੈਂ ਜਗਤ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ। ਤੂੰ ਮੈਥੋਂ ਕਿਉਂ ਪੁੱਛਦਾ ਹੈ? ਜਿਨ੍ਹਾਂ ਸੁਣਿਆ ਹੈ ਉਹਨਾਂ ਕੋਲੋਂ ਪੁੱਛ ਲੈ ਜੋ ਮੈਂ ਉਹਨਾਂ ਨੂੰ ਕੀ ਆਖਿਆ। ਵੇਖੋ, ਮੈਂ ਜੋ ਕੁਝ ਆਖਿਆ ਸੋ ਉਹ ਜਾਣਦੇ ਹਨ। ਔਰ ਜਦ ਉਹਨੇ ਇਉਂ ਕਿਹਾ ਤਾਂ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖਲੋਤਾ ਸੀ ਯਿਸੂ ਨੂੰ ਚਪੇੜ ਮਾਰ ਕੇ ਕਿਹਾ, ਤੂੰ ਸਰਦਾਰ ਜਾਜਕਾਂ ਨੂੰ ਇਉਂ ਉੱਤਰ ਦਿੰਦਾ ਹੈ? ਯਿਸੂ ਨੇ ਉਹਨੂੰ ਉੱਤਰ ਦਿੱਤਾ, ਜੇ ਮੈਂ ਬੁਰਾ ਕਿਹਾ ਤਾਂ ਤੂੰ ਬੁਰੇ ਦੀ ਗਵਾਹੀ ਦੇ, ਪਰ ਜੇ ਮੈਂ ਚੰਗਾ ਕਿਹਾ ਤਾਂ ਮੈਨੂੰ ਕਿਉਂ ਮਾਰਦਾ ਹੈ? ਤਾਂ ਅਨਾਸ ਨੇ ਉਹਨੂੰ ਵੱਧਾ ਹੋਇਆ ਕਯਾਫਾ ਸਰਦਾਰਾਂ ਜਾਜਕਾਂ ਦੇ ਕੋਲ ਘੱਲਿਆ ਅਤੇ ਸੈਮੋਨ ਪਤਰਸ ਘੜਾ ਸੇਕਦਾ ਸੀ, ਸੋ ਉਹਨਾਂ ਉਹਨੂੰ ਪੁੱਛਿਆ ਕਿ ਤੂੰ ਵੀ ਉਹਨਾਂ ਦੇ ਚੇਲਿਆਂ ਵਿੱਚੋਂ ਹੈ? ਉਹ ਮੁੱਕਰ ਗਿਆ ਤੇ ਬੋਲਿਆ, ਮੈਂ ਨਹੀਂ ਹਾਂ। ਸਰਦਾਰ ਜਾਜਕਾਂ ਦੇ ਚਾਕਰਾਂ ਵਿੱਚੋਂ ਇੱਕ ਨੇ ਜਿਹੜਾ ਉਸ ਮਨੁੱਖ ਦਾ ਸਾਕ ਸੀ ਜਿਹਦਾ ਕੰਨ ਪਤਰਸ ਨੇ ਉਡਾ ਦਿੱਤਾ ਸੀ ਆਖਿਆ, ਭਲਾ ਮੈਂ ਤੈਨੂੰ ਉਹਦੇ ਨਾਲ ਬਾਗ ਵਿੱਚ ਨਹੀਂ ਵੇਖਿਆ? ਤਦ ਪਤਰਸ ਫੇਰ ਮੁੱਕਰ ਗਿਆ ਅਤੇ ਝੱਟ ਕੁੱਕੜ ਨੇ ਬਾਂਗ ਦਿੱਤੀ। ਫੇਰ ਯਿਸੂ ਨੂੰ ਕਯਾਫਾ ਦੇ ਕੋਲੋਂ ਹਾਕਮ ਦੀ ਕਚਹਿਰੀ ਲੈ ਗਏ ਅਤੇ ਸਵੇਰ ਦਾ ਵੇਲਾ ਸੀ, ਉਹ ਆਪ ਕਚਹਿਰੀ ਦੇ ਅੰਦਰ ਨਾ ਗਏ ਭਾਈ ਕਿਤੇ ਭ੍ਰਿਸ਼ਟ ਨਾ ਹੋ ਜਾਣ ਪਰ ਪਸਹ ਦਾ ਭੋਜਨ ਖਾ ਸਕਣ। ਉਪਰੰਤ ਪਿਲਾਤੁਸ ਨੇ ਉਹਨਾਂ ਦੇ ਕੋਲ ਬਾਹਰ ਆਣ ਕੇ ਆਖਿਆ, ਤੁਸੀਂ ਇਸ ਮਨੁੱਖ ਦੇ ਜੁੰਮੇ ਕੀ ਦੋਸ਼ ਲਾਉਂਦੇ ਹੋ? ਉਹਨਾਂ ਉੱਤਰ ਦੇ ਕੇ ਉਸਨੂੰ ਆਖਿਆ, ਜੇ ਇਹ ਬੁਰਿਆਰ ਨਾ ਹੁੰਦਾ ਤਾਂ ਅਸੀਂ ਉਹਨੂੰ ਤੁਹਾਡੇ ਹਵਾਲੇ ਨਾ ਕਰਦੇ। ਤਦ ਪਿਲਾਤੁਸ ਨੇ ਉਹਨਾਂ ਨੂੰ ਆਖਿਆ, ਤੁਸੀਂ ਆਪੇ ਇਹ ਨੂੰ ਲੈ ਜਾਓ ਅਤੇ ਆਪਣੀ ਸਰਾਂ ਅਨੁਸਾਰ ਉਹਦਾ ਨਿਬੇੜਾ ਕਰੋ। ਯਹੂਦੀਆਂ ਨੇ ਉਹਨੂੰ ਆਖਿਆ, ਭਾਈ ਕਿਸੇ ਨੂੰ ਕਤਲ ਕਰਨਾ ਸਾਡੇ ਵੱਸ ਨਹੀਂ। ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਵਚਨ ਪੂਰਾ ਹੋਏ ਜਿਹੜਾ ਉਹਨ ਇਸ ਗੱਲ ਦਾ ਪਤਾ ਦੇਣ ਨੂੰ ਕਿਹਾ ਸੀ, ਭਾਈ ਮੈਂ ਕਿਹੜੀ ਮੌਤ ਨਾਲ ਮਰਨਾ ਹੈ। ਫਿਰ ਪਿਲਾਤੁਸ ਕਚਹਿਰੀ ਦੇ ਅੰਦਰ ਗਿਆ ਅਤੇ ਯਿਸੂ ਨੂੰ ਸੱਦ ਕੇ ਉਹਨੂੰ ਕਿਹਾ, ਭਲਾ ਯਹੂਦੀਆਂ ਦਾ ਪਾਤਸ਼ਾਹ ਤੂੰ ਹੀ ਹੈ? ਯਿਸੂ ਨੇ ਉੱਤਰ ਦਿੱਤਾ ਕਿ ਤੂੰ ਇਹ ਗੱਲ ਆਪੇ ਆਖਦਾ ਹੈ ਜਾਂ ਹੋਰਨਾਂ ਮੇਰੇ ਵਿਖੇ ਤੈਨੂੰ ਦੱਸੀ ਹੈ? ਪਿਲਾਤੁਸ ਨੇ ਅੱਗੋਂ ਕਿਹਾ, ਭਲਾ ਮੈਂ ਯਹੂਦੀ ਹਾਂ? ਤੇਰੀ ਹੀ ਕੌਮ ਅਤੇ ਪ੍ਰਧਾਨ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ, ਤੈਂ ਕੀ ਕੀਤਾ? ਯਿਸੂ ਨੇ ਉੱਤਰ ਦਿੱਤਾ ਕਿ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ, ਪਰ ਹੁਣ ਮੇਰੀ ਪਾਤਸ਼ਾਹੀ ਤਾਂ ਇੱਥੋਂ ਦੀ ਨਹੀਂ। ਅੱਗੇ ਪਿਲਾਤੁਸ ਨੇ ਉਹਨੂੰ ਆਖਿਆ, ਤਾਂ ਫਿਰ ਤੂੰ ਪਾਤਸ਼ਾਹ ਹੈ? ਯਿਸੂ ਨੇ ਉੱਤਰ ਦਿੱਤਾ, ਸੱਤ ਵਚਨ, ਮੈਂ ਪਾਤਸ਼ਾਹ ਹੀ ਹਾਂ। ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸ ਲਈ ਜਗਤ ਵਿੱਚ ਆਇਆ ਹਾਂ, ਭਾਈ ਸੱਚਾਈ ਉੱਤੇ ਸਾਖੀ ਦਿਆਂ
ਹਰੇਕ ਜੋ ਸੱਚਾਈ ਦਾ ਹੈ ਮੇਰਾ ਵਚਨ ਸੁਣਦਾ ਹੈ। ਪਿਲਾਤੁਸ ਨੇ ਉਹਨੂੰ ਆਖਿਆ, ਸੱਚਾਈ ਹੁੰਦੀ ਕੀ ਹੈ? ਅਤੇ ਇਹ ਕਹਿ ਕੇ ਉਹ ਫਿਰ ਯਹੂਦੀਆਂ ਕੋਲ ਬਾਹਰ ਨਿਕਲਿਆ ਅਤੇ ਉਹਨਾਂ ਨੂੰ ਆਖਿਆ, ਮੈਂ ਉਹ ਦਾ ਕੋਈ ਦੋਸ਼ ਨਹੀਂ ਵੇਖਦਾ, ਪਰ ਤੁਹਾਡਾ ਇਹ ਦਸਤੂਰ ਹੈ ਜੋ ਮੈਂ ਤੁਹਾਡੇ ਲਈ ਪਸਾ ਦੇ ਸਮੇਂ ਇੱਕ ਨੂੰ ਛੱਡ ਦਿਆਂ। ਸੋ ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ? ਤਾਂ ਉਹਨਾਂ ਫਿਰ ਡੰਡ ਪਾ ਕੇ ਆਖਿਆ, ਇਸ ਨੂੰ ਨਹੀਂ ਪਰ ਬਰਾਬਾਸ ਨੂੰ, ਅਤੇ ਬਰਾਬਾਸ ਇੱਕ ਡਾਕੂ ਸੀ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਸਭ ਨੂੰ ਇਸ ਵਚਨ ਦੇ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ। ਆਮੀਨ।